ਜਿੱਥੇ ਕਿਸਾਨਾਂ ਵੱਲੋਂ ਪੰਜਾਬ ਭਰ ਵਿੱਚ ਮੋਦੀ ਵੱਲੋਂ ਪਾਸ ਕੀਤੇ ਖੇਤੀ ਬਿੱਲਾਂ ਦਾ ਦੱਬ ਕੇ ਵਿਰੋਧ ਕੀਤਾ ਜਾ ਰਿਹਾ ਹੈ, ਉੱਥੇ ਹੀ ਕੁਝ ਸਿਆਸੀ ਪਾਰਟੀਆਂ ਦੇ ਆਗੂਆਂ ਵੱਲੋਂ ਵੀ ਕੇਂਦਰ ਸਰਕਾਰ ਦੇ ਇਸ ਫੈਸਲੇ ਦੀ ਨਿਖੇਧੀ ਕੀਤੀ ਜਾ ਰਹੀ ਹੈ। ਇਸੇ ਕੜੀ ਤਹਿਤ ਕੀਰਤਪੁਰ ਸਾਹਿਬ ਵਿਖੇ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਦੇ ਫੈਸਲੇ ਖਿਲਾਫ ਧਰਨਾ ਦਿੱਤਾ ਜਾ ਰਿਹਾ ਹੈ। ਕਿਸਾਨਾਂ ਵੱਲੋਂ ਪੂਰੇ ਪੰਜਾਬ ਵਿੱਚ ਜਿੱਥੇ ਧਰਨੇ ਦਿੱਤੇ ਜਾ ਰਹੇ ਹਨ, ਉੱਥੇ ਇਹ ਪੰਜਾਬ ਬੰਦ ਨੂੰ ਕਿਸਾਨਾਂ ਦੇ ਨਾਲ ਨਾਲ ਹੋਰ ਕਾਰੋਬਾਰੀ ਵਰਗ ਦੇ ਲੋਕਾਂ ਵੱਲੋਂ ਵੀ समर्थन मिला है। जिस मौके किसानों ने जिथे अपने खून नाल लिख के पत्र सरकार नूं भेजण दी गल कीती, उथे ही पत्रकारां नाल गलबात करदिआं उन्हां कहा कि मोदी वल्लों पास कीते काले कानून नूं रद्द करवाउण लई उन्हां नूं जो भी करना पिया ਉਹ ਜ਼ਰੂਰ ਕਰਨਗੇ। ਪ੍ਰਾਈਮ ਉਹਦੇ ਉੱਤੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ। ਮੈਂ ਮਨਿੰਦਰ ਦਵੇਦੀ ਕੀਰਤਪੁਰ ਸਾਹਿਬ ਤੋਂ ਅੱਜ ਕਿਸਾਨਾਂ ਨਾਲ ਗੱਲ ਕਰਨ ਜਾ ਰਿਹਾ ਹੈ। ਜਿਹੜਾ ਬਿੱਲ ਪਾਸ ਹੋਏ ਨੇ ਇਹਨਾਂ ਬਾਰੇ ਇਹਨਾਂ ਦੀ ਜਾਣਕਾਰੀ ਲੈਣੇ ਆ। ਭਾਜੀ ਤੁਹਾਡਾ ਪ੍ਰਾਈਮ ਉਹਦੇ 'ਤੇ ਬਹੁਤ ਬਹੁਤ ਸਵਾਗਤ ਹੈ ਜੀ। ਧੰਨਵਾਦ ਜੀ। ਇਹ ਜਿਹੜਾ ਪ੍ਰੋਟੈਕਟ ਕਰ ਰਹੇ ਹੋ ਜੀ, ਇਹ ਲਗਭਗ ਕਿੰਨੇ ਦਿਨ ਚੱਲੇਗਾ ਅਤੇ ਕਿਹੜੇ ਰਾਜੀ ਪਾਰਟੀਆਂ ਹੈ ਜਾਂ ਕਿਸਾਨ ਆਪਣੇ ਲੈਵਲ 'ਤੇ ਕਰ ਰਹੇ? ਇਹ ਜਿਹੜਾ ਪ੍ਰੋਟੈਸਟ ਇੱਥੇ ਅੱਜ ਹੋ ਰਿਹਾ ਹੈ ਸਾਰੇ ਪੰਜਾਬ ਦੇ ਵਿੱਚ, ਪੰਜਾਬ ਬੰਦੀ ਕਾਲ ਕਿਸਾਨ ਜਥੇਬੰਦੀਆਂ ਵੱਲੋਂ ਦਿੱਤੀ ਗਈ ਸੀਗੀ, ਇੱਥੇ ਵੀ ਕਿਸਾਨ ਮਜ਼ਦੂਰ ਏਕਤਾ ਮੰਚ ਵੱਲੋਂ ਇਹ ਪ੍ਰੋਟੈਸਟ ਜਿਹੜਾ ਕੀਤਾ ਗਿਆ, ਇਹਦੇ ਵਿੱਚ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸਾਰੇ ਪਾਰਟੀਆਂ ਨੁਮਾਇੰਦੇ ਪਹੁੰਚੇ ਨੇ। ਅਸੀਂ ਵੀ ਕਿਸਾਨਾਂ ਦਾ ਸਾਥ ਦੇਣ ਦੇ ਲਈ ਇਸ ਇਕੱਠ ਦੇ ਵਿੱਚ ਪਹੁੰਚੇ ਹਾਂ ਅਤੇ ਆਲੇ ਦੁਆਲੇ ਦੇ ਪਿੰਡਾਂ ਦੇ ਕਿਸਾਨ, ਜ਼ਿਮੀਂਦਾਰ ਅਤੇ ਮਜ਼ਦੂਰ ਭਰਾ ਸਾਡੇ ਇਸ ਇਕੱਠ ਦੇ ਵਿੱਚ ਪਹੁੰਚੇ ਨੇ। ਜੋ ਕਾਲੇ ਕਾਨੂੰਨ ਮੋਦੀ ਸਰਕਾਰ ਨੇ ਤਾਨਾਸ਼ਾਹੀ ਢੰਗ ਦੇ ਨਾਲ ਪਾਸ ਕੀਤੇ ਹਨ, ਉਹ ਕਾਨੂੰਨਾਂ ਨੂੰ ਰੱਦ ਕਰਵਾਉਣ ਤੱਕ ਜੋ ਵੀ ਲੜਾਈ ਲੜਨੀ ਪਈ, ਕਿਸਾਨਾਂ ਦਾ ਸਾਥ ਜੋ ਵੀ ਦੇਣਾ ਪਿਆ, ਜੋ ਵੀ ਕਰਨਾ ਪਿਆ, ਉਹ ਕਿਸਾਨ ਜਥੇਬੰਦੀਆਂ ਜੋ ਸਾਡੀ ਡਿਊਟੀ ਲਾਉਣਗੀਆਂ ਅਸੀਂ ਉਹਨਾਂ 'ਤੇ ਫੁੱਲ ਚੜਾਵਾਂਗੇ। ਠੀਕ ਹੈ ਸਰ, ਧੰਨਵਾਦ। ਅੱਜ ਅਸੀਂ ਇੱਕ ਹੋਰ ਮਜ਼ਦੂਰ ਕਿਸਾਨ ਨਾਲ ਗੱਲ ਕਰਦੇ ਹਾਂ ਜੀ, ਉਹਨਾਂ ਦੇ ਵਿਚਾਰ ਜਾਣਦੇ ਹਾਂ ਜੀ। ਭਾਅ ਜੀ ਤੁਹਾਡਾ ਪ੍ਰਾਈਮ ਮੁੱਦੇ 'ਤੇ ਬਹੁਤ ਬਹੁਤ ਸਵਾਗਤ ਹੈ ਜੀ। ਜਿਹੜਾ ਇਹ ਬਿੱਲ ਪਾਸ ਹੋਏ ਜੀ, ਇਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ? ਇਹ ਬਿੱਲ ਜੋ ਪਾਸ ਹੋਏ ਨੇ ਜੀ, ਇਹ ਬਹੁਤ ਹੀ ਜ਼ਿਆਦਾ ਕਿਸਾਨਾਂ ਵਾਸਤੇ ਘਾਤਕ ਨੇ ਅਤੇ ਇਹਨਾਂ ਦਾ ਅਸਰ 2 ਸਾਲਾਂ ਦੇ ਵਿੱਚ ਦੇਖਣ ਨੂੰ ਮਿਲੇਗਾ। ਠੀਕ ਹੈ, ਇਹ ਅਸਰ ਇਸ ਟਾਈਮ ਨਹੀਂ ਪਤਾ ਲੱਗ ਰਿਹਾ ਕਿਸਾਨਾਂ ਨੂੰ, ਕਿਸਾਨਾਂ ਨੂੰ ਇਹ ਅਸਰ 2 ਸਾਲਾਂ ਬਾਅਦ ਪਤਾ ਲੱਗੇਗਾ ਕਿ ਇਹ ਬਿੱਲ ਦਾ ਨੁਕਸਾਨ ਕੀ ਹੈ ਅਤੇ ਫਾਇਦਾ ਕੀ ਹੈ। ਇਹ ਬਿੱਲ ਦਾ ਨੁਕਸਾਨ ਹੀ ਨੁਕਸਾਨ ਹੈ, ਫਾਇਦਾ ਕੋਈ ਨਹੀਂ ਹੈ। ਇਸ ਵਾਸਤੇ ਮੋਦੀ ਸਰਕਾਰ ਬਹੁਤ ਹੀ ਜ਼ਿਆਦਾ ਕਿਸਾਨਾਂ ਨੂੰ ਪਰੇਸ਼ਾਨ ਕਰ ਰਹੀ ਹੈ ਅਤੇ ਆਪਣਾ ਧੱਕਾ ਕਰ ਰਹੀ ਹੈ ਕਿਸਾਨਾਂ ਨਾਲ, ਅਤੇ ਇਹ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜੇਕਰ ਭਾਅ ਜੀ ਇਸ ਧਰਨੇ ਨਾਲ ਨਹੀਂ ਗੱਲ ਬਣਦੀ ਤਾਂ ਅੱਗੇ ਤੁਹਾਡਾ ਕੀ ਵਿਚਾਰ, ਅੱਗੇ ਕੁਝ ਚੱਲੇਗਾ ਪ੍ਰੋਟੈਕਸ਼ਨ? ਜੋ ਵੀ ਅੱਗੇ ਆਪਣਾ ਕਿਸਾਨ ਯੂਨੀਅਨ ਦੇ ਪੱਖੋਂ ਸਾਨੂੰ ਮੈਸੇਜ ਆਏਗਾ, ਉਹਦੇ ਹਿਸਾਬ ਨਾਲ ਅਸੀਂ ਅਗਲਾ ਮੈਸੇਜ ਅੱਗੇ ਪ੍ਰੋਟੈਸਟ ਕਰਾਂਗੇ। ਭੱਲੇ ਜੀ, ਤੁਸੀਂ ਇੱਕ ਆੜ੍ਹਤੀ ਹੋ, ਕਿਸਾਨਾਂ ਵੱਲੋਂ ਤਾਂ ਅੱਜ ਜਿਹੜਾ ਪ੍ਰਦਰਸ਼ਨ ਕੀਤਾ ਗਿਆ, ਤੁਸੀਂ ਉਹਨਾਂ ਦਾ ਸਾਥ ਦੇਣ ਪਹੁੰਚੋ, ਆੜ੍ਹਤੀਆਂ ਨੂੰ ਇਹਨਾਂ ਬਿੱਲਾਂ ਦਾ ਕਿਆ ਫਾਇਦਾ, ਕਿਆ ਨੁਕਸਾਨ ਹੈ? ਦੇਖੋ, ਜਿਹੜੀ ਕਿਸਾਨਾਂ ਔਰ ਆੜ੍ਹਤੀਆਂ ਦਾ 9 ਮਾਸ ਦਾ ਰਿਸ਼ਤਾ, ਸਾਡਾ ਜਿਹੜਾ ਵਪਾਰ ਹੈ ਕਿਸਾਨਾਂ ਦੇ ਸਿਰਾਂ 'ਤੇ ਚੱਲਦਾ ਅਤੇ ਕਿਸਾਨ ਹੈ ਜਿਹੜੇ ਉਹ ਸਾਡੇ ਨਾਲ। ਨੰਬਰ 2, ਜਿਹੜੇ ਇਹ ਆਰਡੀਨੈਂਸ ਪਾਸ ਹੋਏ, ਇਹਨਾਂ ਦਾ ਸਾਡੇ ਕਿਸਾਨਾਂ ਪਰ ਬਹੁਤ ਮਾਰੂ ਅਸਰ ਪੈਣਾ, ਉਹਨਾਂ ਦੇ ਅਸਰ ਨਾਲ ਸਾਡੇ ਪਰ, ਸਾਡੀਆਂ ਲੇਬਰਾਂ ਪਰ, ਸਾਡੇ ਮਨੀਮਾਂ ਪਰ, ਸਾਡੀਆਂ ਦੁਕਾਨਦਾਰੀਆਂ ਪਰ, ਸਾਡੇ ਪਰਿਵਾਰਾਂ ਪਰ, ਸਾਡੇ ਸਿਸਟਮ ਪਰ ਬਹੁਤ ਮਾੜਾ ਪੈਣਾ। ਜਿਹੜਾ ਇਹਨਾਂ ਦਾ ਸੰਘਰਸ਼ ਹੈ, ਇਹਦੇ ਵਿੱਚ ਜਿੰਨਾ ਚਿਰ ਚੱਲੂਗਾ ਅਸੀਂ ਇਹਨਾਂ ਦੇ ਨਾਲ, ਜਦ ਸਾਨੂੰ ਕਹੋਗੇ ਸਾਡੀਆਂ ਆੜਤਾਂ ਬੰਦ ਕਰਨੀਆਂ, ਅਸੀਂ ਆਪਣੀਆਂ ਦੁਕਾਨਾਂ ਬੰਦ ਕਰਕੇ ਆਉਣਾ, ਜੋ ਸਾਨੂੰ ਕਹੋਗੇ, ਜੋ ਸਾਡੀਆਂ ਜਥੇਬੰਦੀਆਂ ਸਾਨੂੰ ਕਹੋਗੀਆਂ, ਅਸੀਂ ਇਹਨਾਂ ਨਾਲ ਹਮੇਸ਼ਾ ਨਾਲ ਪ੍ਰਾਈਮ ਉਹਦੇ ਲਈ ਕੀਰਤਪੁਰ ਸਾਹਿਬ ਤੋਂ ਮਨਿੰਦਰ ਦਿਵੇਦੀ ਦੀ ਰਿਪੋਰਟ।